ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਮੈਂ ਪਲੱਸ 2 ਕਲਾਸ ਦੇ ਲਈ ਸੈਕਸ਼ਨ ਸੀ ਐਕਸਟੈਂਸਿਵ ਸਟੱਡੀ ਦੇ ਵਿੱਚੋਂ ਚੈਪਟਰ ਦਾ 골ਡ ਫਰੇਮ ਇਸ ਚੈਪਟਰ ਦਾ ਜਿਹੜਾ ਕਿ ਕੈਰੈਕਟਰ ਸਕੈਚ ਦਿੱਤਾ ਲਾ ਜਾਂ ਤੁਹਾਨੂੰ ਕੁਐਸਚਨ ਬਣ ਕੇ ਆ ਸਕਦਾ ਵਟ ਇਮਪ੍ਰੈਸ਼ਨ ਡੂ ਯੂ ਗੈਦਰ ਅਬਾਊਟ ਦਿੱਤਾ ਦਾ ਫਰੇਮੇਕਰ ਜਿਹੜਾ ਦਿੱਤਾ ਫਰੇਮੇਕਰ ਸੀ ਉਸ ਤੋਂ ਤੁਸੀਂ ਕੀ ਜਿਹੜੇ ਕਿ ਕੀ ਪ੍ਰਭਾਵ ਬਣਾਉਂਦੇ ਤੁਸੀਂ ਉਸ ਤੋਂ ਠੀਕ ਹੈ ਉਸ ਬਾਰੇ ਦੱਸਣਾ ਜャ ਕੈਰੈਕਟਰ ਸਕੈਚ ਇਸ ਚੈਪਟਰ ਦੇ ਵਿੱਚ ਇਹੀ ਹੀ ਇੰਪੋਰਟੈਂਟ ਆ ਤੇ ਮੋਸਟ ਇੰਪੋਰਟੈਂਟ ਆ ਦਿੱਤਾ ਬਾਰੇ ਸੋ ਇਹ ਆਪਾਂ ਕਰ ਰਹੇ ਹਾਂ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਬਹੁਤ ਹੀ ਈਜ਼ੀ ਹੈ ਤੇ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਇੱਕ ਚ ਮੈਂ ਜਿਹੜੇ ਕਿ ਸਮਰੀ ਦੇ ਟਾਈਪ ਕਰਵਾਇਆ ਸੀ ਦਿੱਤਾ ਬਾਰੇ ਚੈਪਟਰ ਦੇ ਵਿੱਚ ਪੁਆਇੰਟਸ ਦੇ ਰਹੀ ਤੁਸੀਂ ਉਹ ਵੀ ਜਿਹੜੇ ਕਿ ਇਹਦੇ ਵਿੱਚ ਯਾਰ ਕਰ ਸਕੋ ਉਹ ਜਿਵੇਂ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਐਵੇਂ ਪੁਆਇੰਟਸ ਦੇ ਵਿੱਚ ਕਰਵਾਇਆ ਸੀ ਤੁਸੀਂ ਉਹ ਵਾਲੀ ਵੀਡੀਓ ਦੇਖ ਲਿਓ ਠੀਕ ਹੈ ਉਹਦੇ ਵਿੱਚ ਸਾਰਾ ਮਤਲਬ ਕਿ ਕੈਰੈਕਟਰ ਸਕੈਚ ਸ਼ੀਟ ਦੀ ਤਰ੍ਹਾਂ ਹੀ ਹੈ ਸਮਰੀ ਬਿਕੋਜ਼ ਦੱਤਾਵਰੀ ਹੈ ਸਾਰਾ ਤੁਸੀਂ ਉਹ ਪੁਆਇੰਟਸ ਦੇ ਰਾਹੀਂ ਵੀ ਜਿਹੜਾ ਕਿ ਇਸ ਦਾ ਕੈਰੈਕਟਰ ਸਕੈਚ ਕਰ ਸਕਦੇ ਹੋ ਠੀਕ ਹੈ ਜਿਵੇਂ ਮਾਈਂਡ ਮੈਪ ਦੇ ਵਿੱਚ ਵੀ ਦਾ ਕੈਰੈਕਟਰ ਸਕੈਚ ਹੁੰਦਾ ਲਾਈਕ ਥਿਸ ਠੀਕ ਹੈ ਤੁਸੀਂ ਇਹ ਵੀ ਕਰ ਸਕਦੇ ਹੋ ਵੈਸੇ ਉਹ ਜੋ ਆਪਾਂ ਨੇ ਲਿਖਿਆ ਹੁਣ ਤਾਂ ਮੈਂ ਕਰਵਾ ਰਹੀ ਹਾਂ ਵੀ ਬਹੁਤ ਈਜ਼ੀ ਹੈ ਤੇ ਸਟੂਡੈਂਟ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿੰਨੇ ਵੀ ਸਟੂਡੈਂਟਸ ਦੇ ਨਾਲ ਹੋ ਸਕਦਾ ਤੁਸੀਂ ਉਹਨੇ ਸਟੂਡੈਂਟਸ ਨੂੰ ਜਿਹੜੇ ਕਿ ਚੈਨਲ ਦੇ ਨਾਲ ਜੁੜੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਹਾਂਜੀ ਕੈਰੈਕਟਰ ਸਕੈਚ ਆਫ ਦਿੱਤਾ ਅ ਸਟੋਰੀ ਜਦੋਂ ਤੁਹਾਨੂੰ ਪਤਾ ਹੈ ਕਿ ਦਿੱਤਾ ਜਿਹੜਾ ਕਿ ਫਰੇਮ ਮੇਕਰ ਸੀ ਉਹ ਨਾ ਫਰੇਮ ਬਣਾਉਂਦਾ ਸੀ ਇਸ ਦੇ ਕੁਐਸਚਨ ਆਨਸਰ ਵੀ ਕਰਵਾ ਚੁੱਕੇ ਹਾਂ ਸ਼ਾਰਟ ਦੇ ਤੇ ਇਹ ਜਿਹੜਾ ਕਿ ਨਵੰਬਰ ਦੇ ਵਿੱਚ ਜੋ ਤੁਹਾਡੇ ਐਗਜ਼ਾਮ ਹੋਣੇ ਨੇ ਉਹਨਾਂ ਦੇ ਵਿੱਚ ਹੈ ਇਹ ਚੰਦੂ ਵਾਲਾ ਚੈਪਟਰ ਅਤੇ ਇੱਕ ਬਾਰਬਰ ਟ੍ਰੇਡ ਯੂਨੀਅਨ ਤੇ ਇੱਕ 골ਡ ਫਰੇਮ ਵਾਲਾ ਹਾਂਜੀ ਕਰਦੇ ਆਪਾਂ ਕੈਰੈਕਟਰ ਸਕੈਚ ਦੱਤਾ ਇਜ਼ ਅ ਮੇਨ ਕਰੈਕਟਰ ਆਫ ਦਾ ਸਟੋਰੀ ਤੁਸੀਂ ਹਰ ਇੱਕ ਕਰੈਕਟਰ ਸਕੈਚ ਦੇ ਵਿੱਚ ਇਹ ਲਾਈਨ ਲਿਖ ਸਕਦੇ ਹੋ ਵੀ ਜੋ ਵੀ ਜਿਸ ਬਾਰੇ ਵੀ ਪੁੱਛਿਆ ਜਾ ਰਿਹਾ ਵੀ ਉਹ ਮੇਨ ਕਰੈਕਟਰ ਆ ਆਫ ਦਾ ਸਟੋਰੀ ਦਾ ਗੋਲਡ ਫਰੇਮ ਹੀ ਇਜ਼ ਐਨ ਇੰਟਰਸਟਿੰਗ ਕਰੈਕਟਰ ਉਹ ਇੱਕ ਦਿਲਚਸਪ ਕਰੈਕਟਰ ਆ ਦੱਤਾ ਵਾਸ ਅ ਫਰੇਮ ਮੇਕਰ ਦੱਤਾ ਕੀ ਇੱਕ ਫਰੇਮ ਬਣਾਉਣ ਵਾਲਾ ਉਹ ਠੀਕ ਆ ਹੀ ਵੋਰ ਅ ਧੋਤੀ ਉਹ ਜਿਹੜਾ ਕਿ ਧੋਤੀ ਪਹਿਨਦਾ ਸੀ ਹੀ ਵੋਰ ਅ ਸਿਲਵਰ ਰਿੰਮਡ ਗਲਾਸਸ ਤੇ ਸਿਲਵਰ ਰਿੰਮਡ ਗਲਾਸਸ ਹੋ ਗਿਆ ਐਂਡ ਕਾ ਉਹ ਪਹਿਨਦਾ ਸੀ ਹੀ ਵਾਸ ਦਾ ਆਨਰ ਆਫ ਦਾ ਮਾਡਰਨ ਫਰੇਮਵਰਕਸ ਕਿ ਉਹ ਜਿਹੜਾ ਕਿ ਮਾਲਕ ਸੀ ਕਿਸ ਦਾ ਜਿਹੜਾ ਮਾਡਰਨ ਫਰੇਮਵਰਕਸ ਜਿਹੜੀ ਉਹਦੀ ਸ਼ਾਪ ਸੀ ਉਸਦਾ ਉਹ ਮਾਲਕ ਸੀ ਇਟ ਵਾਸ ਹੁਣ ਇੱਥੇ ਕੀ ਆਏ ਵੀ ਜਿਹੜੀ ਸ਼ਾਪ ਆ ਉਹ ਕਿੱਥੇ ਸਥਿਤ ਸੀ ਇਹ ਵੀ ਕੁਐਸਚਨਾਂ ਦੇ ਵਿੱਚ ਵੀ ਹੈ ਜਿਹੜਾ ਤੁਹਾਨੂੰ ਕੈਰੈਕਟਰ ਸਕੈਚ ਕਰਵਾਇਆ ਅਗਰ ਤੁਹਾਡੇ ਸ਼ਾਰਟ ਕੁਐਸਚਨ ਵੀ ਯਾਦ ਨੇ ਤੁਸੀਂ ਤਾਂ ਵੀ ਕੈਰੈਕਟਰ ਸਕੈਚ ਕਰ ਜਾਓਗੇ ਓਕੇ ਮਤਲਬ ਕਿ ਉਹ ਸਾਰੀਆਂ ਲਾਈਨਸ ਹੀ ਇਕੱਠੇ ਕੀਤੀਆਂ ਹੋਈਆਂ ਨੇ ਤੇ ਜਿਹੜੀ ਸਮਰੀ ਵਾਲੀ ਹੋਊਗੀ ਬਹੁਤ ਈਜ਼ੀ ਐ ਇਟ ਵਾਸ ਸਿਚੁਏਟਿਡ ਵਿਦ ਵਨ ਮੈਡੀਕਲ ਸਟੋਰ ਐਂਡ ਰੈਡਿਓ ਰਿਪੇਅਰ ਸ਼ਾਪ ਕਹਿੰਦਾ ਕਿੱਥੇ ਸਥਿਤ ਸੀ ਮੈਡੀਕਲ ਸ਼ਾਪ ਤੇ ਰੈਡੀਓ ਸ਼ਾਪ ਦੇ ਵਿੱਚਕਾਰ ਸਥਿਤ ਸੀ ਰਿਪੇਅਰ ਵਾਲਾ ਇਟ ਵਾਸ ਲਾਈਕ ਅ ਲਾਰਜ वुਡਨ ਬਾਕਸ ਕਹਿੰਦਾ ਇੱਕ ਹੈ ਲੱਕੜੀ ਦਾ ਕੀ ਲੱਗਦਾ ਸੀ ਵੱਡਾ ਲੱਕੜੀ ਦਾ ਵੱਡੇ ਸੰਦੂਕ ਦੀ ਤਰ੍ਹਾਂ ਲੱਗਦੀ ਸੀ ਠੀਕ ਹੈ ਕਿਉਂਕਿ ਉਹਲੇ ਮਤਲਬ ਕਿ ਕੋ ਸ਼ਾਕੀ ਲੈਗਸ ਦੀ ਤਰ੍ਹਾਂ ਜੀ ਬਣਾਈ ਹੋਈ ਸੀ ਉਹ ਲੈਗਸ ਸੀ ਲੱਕੜ ਦਾ ਸੀ ਉਹ ਦੱਤਾ ਵਾਜ਼ ਅ ਥਿਨ ਉਹ ਪਤਲਾ ਸੀ ਸਾਈਲੈਂਟ ਸੀ ਠੀਕ ਹੈ ਘੱਟ ਬੋਲਦਾ ਸੀ ਐਂਡ ਹਾਰਡ ਵਰਕਿੰਗ ਮੈਨ ਤੇ ਸਖਤ ਮਿਹਨਤ ਕਰਨ ਵਾਲਾ ਸੀ ਹੀ ਵਾਜ਼ ਅ ਵੈਰੀ ਡਿਲੀਜੈਂਟ ਐਂਡ ਔਨੈਸਟ ਵਰਕਰ ਉਹ ਬਹੁਤ ਹੀ ਇਮਾਨਦਾਰ ਤੇ ਜਿਹੜਾ ਕਿ ਮਿਹਨਤੀ ਸੀ ਅ ਹੀ ਸੈਟ ਵਰਕਿੰਗ ਔਨ ਫਰੇਮਸ ਉਹ ਦਾ ਹੋਲ ਡੇ ਤੇ ਉਹ ਸਾਰਾ ਦਿਨ ਜਿਹੜੇ ਕੀ ਕੀ ਬਣਾਉਂਦਾ ਰਹਿੰਦਾ ਸੀ ਹੋਲ ਡੇ ਹੁੰਦਾ ਸਾਰਾ ਦਿਨ ਸਾਰਾ ਦਿਨ ਜਿਹੜੇ ਕੀ ਆਪਣਾ ਫਰੇਮ ਬਣਾਉਣ ਤੇ ਹੀ ਲੱਗਿਆ ਰਹਿੰਦਾ ਸੀ ਆਪਣਾ ਵਰਕ ਕਰਨ ਤੇ ਠੀਕ ਉਹ ਕਿਸੇ ਨਾਲ ਜ਼ਿਆਦਾ ਵੀ ਨਹੀਂ ਬੋਲਦਾ ਸੀ ਤੇ ਨਾ ਹੀ ਕਿਸੇ ਨੂੰ ਜਿਹੜੇ ਕਿ ਆਪਣੇ ਦੋਸਤਾਂ ਨੂੰ ਵੀ ਮਤਲਬ ਕਿ ਉਹਨੂੰ ਡਿਸਟਰਬ ਕਰਨ ਲਈ ਵੀ ਜਿਹੜੇ ਕਿ ਉਹ ਜ਼ਿਆਦਾ ਮਤਲਬ ਕਿ ਆਪਣੇ ਫਰੈਂਡਸ ਦੇ ਨਾਲ ਵੀ ਉਹ ਜ਼ਿਆਦਾ ਜਿਹੜੇ ਕਿ ਮਿਕਸ ਅਪ ਨਹੀਂ ਸੀ ਦਾ ਵਾਸ ਆਫ ਹਿਸ ਸ਼ਾਪ ਉਹਦੀ ਦੁਕਾਨ ਦੀਆਂ ਕੰਧਾਂ ਕਵਰਡ ਵਿਦ ਪਿਕਚਰਸ ਆਫ ਕਿਹੜੇ-ਕਿਹੜੇ ਪਿਕਚਰਸ ਦੇ ਨਾਲ ਕਵਰ ਸੀ ਪਿਕਚਰਸ ਆਫ ਗੋਡਸ ਪਲੇਅਰਸ ਠੀਕ ਆ ਖੜੇ ਆਰੀਆਂ ਦੇ ਨਾਲ ਪ੍ਰਮਾਤਮਾ ਦੇ ਪਿਕਚਰਸ ਬਣਿਆ ਹੋਇਆ ਸੀ ਜਿਹੜੇ ਕਿ ਲਗਾਇਆ ਹੋਇਆ ਤਸਵੀਰਾਂ ਚਿਲड्रन ਬੱਚਿਆਂ ਦੀਆਂ ਵਿਡਿੰਗ ਕਪਲਸ ਦੀਆਂ ਵਿਆਹ ਵਾਲੇ ਜੋੜਿਆਂ ਦੀਆਂ ਲੀਡਰਸ ਦੀਆਂ ਸੈਕਟਰਾਂ ਠੀਕ ਆ ਇਹਨਾਂ ਸਭ ਦੇ ਪਿਕਚਰਸ ਲੱਗੇ ਹੋਣਾ ਸੀ ਉਹਦੀ ਸ਼ਾਪ ਤੇ ਹੀ ਹੀ ਡਿਡਨਟ ਲਾਈਕ ਟੂ ਟਾਕ ਮੱਚ ਉਹ ਜ਼ਿਆਦਾ ਗੱਲ ਕਰਨਾ ਪਸੰਦ ਨਹੀਂ ਕਰਦਾ ਸੀ ਹੀ ਗੇਵ ਬਰੀਫ ਆਨਸਰਸ ਟੂ ਹਿਸ ਕਸਟਮਰ ਉਹ ਆਪਦੇ ਜਿਹੜੇ ਕਸਟਮਰ ਸੀ ਹੀ ਗੇਵ ਬਰੀਫ ਆਨਸਰਸ ਟੂ ਹਿਸ ਕਸਟਮਰਸ ਤੋਂ ਜਿਹੜੇ ਉਹਦੇ ਕਸਟਮਰ ਸੀ ਉਹਨਾਂ ਨੂੰ ਬਹੁਤ ਹੀ ਥੋੜੇ ਸੰਖੇਪ ਦੇ ਵਿੱਚ ਉਹ ਆਨਸਰ ਕਰਦਾ ਸੀ ਹੀ ਅੰਡਰਸਟੈਂਡ ਹੀ ਅੰਡਰਸਟੈਂਡ ਹਿਸ ਕਸਟਮਰ ਵੈਲ ਉਹ ਆਪਣੇ ਗ੍ਰਾਹਕਾਂ ਨੂੰ ਚੰਗੇ ਤਰੀਕੇ ਨਾਲ ਸਮਝਦਾ ਸੀ ਉਹਨਾਂ ਦੀ ਸਾਈਕੋ ਚੰਗੇ ਤਰੀਕੇ ਨਾਲ ਸਮਝਦਾ ਸੀ ਉਹਨੂੰ ਚੰਗੇ ਤਰੀਕੇ ਨਾਲ ਪਤਾ ਸੀ ਕਿ ਕਈ ਜਿਹੜੇ ਗਾਹਕ ਨੇ ਬਹੁਤ ਜਲਦੀ ਟਾਈਮ ਤੋਂ ਪਹਿਲਾਂ ਹੀ ਜਿਹੜੇ ਕੀ ਆਰਡਰ ਜੋ ਉਹਨਾਂ ਨੇ ਦਿੱਤਾ ਹੁੰਦਾ ਉਹਨੂੰ ਲੈਣ ਆ ਜਾਂਦੇ ਨੇ ਕਈ ਟਾਈਮ ਤੇ ਵੀ ਨਹੀਂ ਆਉਂਦੇ ਤੇ ਕਈ ਕਾਫੀ ਟਾਈਮ ਬਾਅਦ ਆਉਂਦੇ ਨੇ ਤੇ ਕਈ ਭੁੱਲੇ ਹੀ ਜਾਂਦੇ ਨੇ ਮਤਲਬ ਕਿ ਉਹ ਆਪਣੇ ਕਸਟਮਰ ਦੀ ਜਿਹੜੀ ਕੀ ਪੂਰੀ ਸਾਈਕੋ ਨੂੰ ਚੰਗੇ ਤਰੀਕੇ ਨਾਲ ਜਾਣਦਾ ਸੀ he knew uh, how to satisfy them ਤੇ ਉਹ ਇਹ ਵੀ ਜਾਣਦਾ ਸੀ ਕਿ ਉਹਦੇ ਜਿਹੜੇ ਗਾਹਕ ਨੇ ਉਹਨਾਂ ਨੂੰ ਕਿਵੇਂ ਸੈਟੀਸਫਾਈਡ ਕੀਤਾ ਜਾ ਸਕਦਾ he didn't deceive anyone deceive ਹੁੰਦਾ ਧੋਖਾ ਕਿਸੇ ਨੂੰ ਵੀ ਧੋਖਾ ਨਹੀਂ ਦਿੰਦਾ ਸੀ ਵਾਂਸ ਹੀ ਸਪੋਲਟ ਅ ਫੋਟੋ ਵਿਦ ਐਨਵਲ ਪੇਂਟ ਇੱਕ ਵਾਰ ਆ ਜਿਹੜੇ ਕੀ ਉਹ ਤੋਂ ਸਪੋਲਟ ਵੀ ਲਿਖਦਾ ਤੁਸੀਂ ਉਹ ਤੋਂ ਫੋਟੋ ਜਿਹੜੇ ਕਿ ਪੇਂਟ ਦੇ ਨਾਲ ਖਰਾਬ ਹੋ ਗਈ ਤੁਸੀਂ ਇਹਦੇ ਵਿੱਚ ਉਹ ਵੀ ਲਾਈਨ ਲਿਖ ਸਕਦੇ ਹੋ ਵੀ ਦੈਨ ਹੀ ਟ੍ਰਾਈ ਟੂ ਰਬ ਉਹਨੂੰ ਵਿਦ ਦਾ ਕਲੋਥ ਵੀ ਉਹਨੇ ਫਿਰ ਕੋਸ਼ਿਸ਼ ਕੀਤੀ ਉਹਨੂੰ ਸਾਫ਼ ਕਰਨ ਦੀ ਕਲੋਥ ਦੇ ਨਾਲ ਵਟ ਇਟ ਮਤਲਬ ਕਿ ਜਿਆਦਾ ਜਿਹੜੇ ਕਿ ਉਹ ਖਰਾਬ ਹੋ ਗਈ ਸੀ ਬਟ ਇਟ ਗਾਟ ਡੈਮੇਜ ਉਹ ਡੈਮੇਜ ਹੋ ਗਈ ਸੀ ਫੋਟੋ ਉਹ ਲਾਈਨ ਵੀ ਤੁਸੀਂ ਜਿਹੜੇ ਕਿ ਸ਼ਾਰਟ ਕੁਐਸਚਨ ਆ ਚੋਬ ਤੇ ਐਡ ਕਰ ਸਕਦੇ ਹੋ ਤੇ ਜਿਹੜੇ ਮੈਂ ਤੁਹਾਨੂੰ ਇੱਕ ਕੱਲ ਤੁਹਾਨੂੰ ਦੱਸਿਆ ਸੀ ਕਿ ਮੈਂ ਇਹ ਵੀਡੀਓ ਬਣਾਈ ਹੋਈ ਆ ਇਹਦੇ ਵਿੱਚ ਸਾਰੇ ਦਿੱਤਾ ਹੋਇਆ ਠੀਕ ਹੈ ਫਿਰ ਉਹ ਜਿਹੜੇ ਕਿ ਇੱਕ ਅਲੱਗ ਫੋਟੋ ਉਹਦੀ ਥਾਂ ਤੇ ਕਰ ਦਿੰਦਾ ਠੀਕ ਹੈ ਮੀਨਸ ਸਿਮਿਲਰ ਫੋਟੋ ਇੱਕ ਉਸੇ ਤਰੀਕੇ ਦੀ ਉਹ ਫੋਟੋ ਜਿਹੜੀ ਕਿ ਉਹ ਫਰੇਮ ਕਰ ਦਿੰਦਾ ਉਹ ਤਾਂ ਫੋਟੋ ਜਦੋਂ ਖਰਾਬ ਹੋ ਜਾਂਦੀ ਹੈ ਹੀ ਵਾਸ ਮਚ ਬਰੀਡ ਤਾਂ ਬਹੁਤ ਚਿੰਤਿਤ ਹੁੰਦਾ ਉਹ ਸੋਚਦਾ ਕਿ ਵੀ ਹੁਣ ਉਹ ਜਿਹੜੇ ਕਿ ਕਿਉਂਕਿ ਉਹ ਫਿਰ ਉਹ ਚਲਾਕੀ ਵਰਤਦਾ ਚਲਾਕੀ ਕੀ ਵਰਤਦਾ ਵੀ ਸਿਮਿਲਰ ਜੋ ਗਾਹਕ ਸੀ ਉਹ ਆਫ ਦਾ ਦਾਦਾ ਜੀ ਦੀ ਫੋਟੋ ਜਿਹੜੇ ਕਿ ਫਰੇਮ ਕਰਵਾਉਣ ਦੇ ਲਈ ਆਇਆ ਸੀ ਤੁਸੀਂ ਇਹ ਵੀ ਲਿਖ ਸਕਦੇ ਹੋ ਫਰੇਮ ਕਿਨਾਂ ਲਈ ਬਣਾਉਂਦਾ ਸੀ ਠੀਕ ਹੈ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਮਤਲਬ ਕਿ ਸ਼ਾਰਟ ਕੁਐਸਚਨ ਹਰ ਇੱਕ ਕੈਰੈਕਟਰ ਸਕੈਚ ਦੇ ਵਿੱਚ ਤੁਸੀਂ ਐਡ ਕਰ ਸਕਦੇ ਹੋ ਹੁਣ ਤਾ ਉਹ ਇਹ ਸੋਚਦੇ ਵੀ ਅਗਰ ਉਹਨੇ ਉਹਨੂੰ ਪਹਿਚਾਨ ਲਿਆ ਤਾਂ ਬਹੁਤ ਚਿੰਤਾਤ ਹੋਂਦਾ ਪਰ ਢੋਗਾ ਹੱਕ ਜਿਹੜੀ ਕਿ ਉਸਨੂੰ ਨਹੀਂ ਪਹਿਚਾਨ ਪਾਉਂਦਾ ਹੈਗਾ ਵੀ ਉਹਦੇ ਅਸਲ ਫੋਟੋ ਕੀ ਸੀ ਟੂ ਸੋਲਵ ਹਿਸ ਪ੍ਰੋਬਲਮ ਹੀ ਰਿਪਲੇਸ ਦ ਡੈਮੇਜ ਫੋਟੋ ਵਿਦ ਅ ਸਿਮਿਲਰ ਲੁਕਿੰਗ ਫੋਟੋ ਤਾਂ ਉਹ ਕੀ ਕਰਦਾ ਜਿਹੜੀ ਉਹ ਤੋਂ ਫੋਟੋ ਖਰਾਬ ਹੋ ਜਾਂਦੀ ਹੈ ਤਾਂ ਉਹਦੇ ਅੱਗੇ ਸਮੱਸਿਆ ਪੈਦਾ ਹੋ ਜਾਂਦੀ ਹੈ ਤਾਂ ਉਸ ਸਮੱਸਿਆ ਦਾ ਹੱਲ ਉਹ ਕੀ ਲੱਭਦਾ ਹੈ ਕੀ ਸਿਮਿਲਰ ਉਹ ਜਿਓ ਫੋਟੋ ਜੋ ਉਸ ਤੋਂ ਖਰਾਬ ਹੋ ਗਈ ਸੀ ਉਹਦੇ ਨਾਲ ਦੀ ਲੁੱਕ ਜਹੀ ਜੋ ਫੋਟੋ ਦਿਖਦੀ ਸੀ ਉਹਦੇ ਨਾਲ ਚੇਂਜ ਕਰ ਦਿੰਦਾ ਰਿਪਲੇਸ ਕਰ ਦਿੰਦਾ ਠੀਕ ਹੈ ਤੁਹਾਨੂੰ ਬਿਲਕੁਲ ਵੀ ਨਹੀਂ ਮਤਲਬ ਕਿ ਗਾਹਕ ਬਿਲਕੁਲ ਵੀ ਉਹਨੂੰ ਪਹਿਚਾਣ ਪਾਉਂਦਾ ਜਦੋਂ ਗਾਹਕ ਆਉਂਦਾ ਤਾਂ ਬਹੁਤ ਖੁਸ਼ ਹੁੰਦਾ ਫਰੇਮ ਨੂੰ ਦੇਖ ਕੇ ਬਟ ਫੋਟੋ ਨੂੰ ਦੇਖ ਕੇ ਬਟ ਉਹਨੂੰ ਇੱਕ ਹੀ ਪ੍ਰੋਬਲਮ ਹੁੰਦੀ ਹੈ ਕਿ ਉਹਨੇ ਕਿਹੜਾ ਆਰਡਰ ਦਿੱਤਾ ਸੀ ਤੇ ਜਿਹੜੇ ਕਿ ਦਿੱਤਾ ਨੇ ਕਿਹੜਾ ਆਰਡਰ ਦੇ ਵਿੱਚ ਉਹ ਫੋਟੋ ਫਰੇਮ ਕਰਤੀ ਸਿਰਫ ਉਹ ਇੰਨਾ ਕੀ ਮਤਲਬ ਕਿ ਹੁਣ ਉਦਿਸ਼ ਕਾਇਤ ਹੁੰਦੀ ਆ ਬਾਕੀ ਕਸਟਮਰ ਕੁਝ ਨਹੀਂ ਪਹਿਚਾਨ ਪਾਉਂਦਾ ਕਿ ਕਿਸ ਨੇ ਫੋਟੋ ਜਿਹੜੇ ਕੀ ਚੇਂਜ ਕਰਤੀ ਦਾ ਕਸਟਮਰ ਕੁਡਨਟ ਨੋਟਿਸ ਇਟ ਕਸਟਮਰ ਇਸ ਚੀਜ਼ ਨੂੰ ਨੋਟਿਸ ਹੀ ਨਹੀਂ ਕਰ ਪਾਇਆ ਕਿ ਉਹਨੇ ਜਿਹੜੇ ਕੀ ਫੋਟੋ ਦੇ ਦਾਦਾ ਜੀ ਦੀ ਹੋਰ ਸੀ ਤੇ ਇਹ ਹੁਣ ਹੋਰ ਜਿਹੜੇ ਕੀ ਉਹਨਾਂ ਫੋਟੋ ਫਰੇਮ ਕਰਕੇ ਉਹਨੂੰ ਦੇ ਰਹੀ ਦਿੱਤੀ ਆ ਹੀ ਟ੍ਰਾਈ ਟੂ ਸੈਟੀਸਫਾਈ ਸੈਟੀਸਫਾਈ ਹਿਮ ਵਾਈ ਗਿਵਿੰਗ ਹਿਮ ਅ ਸਿਉਰ ਮਾਉਂਟ ਇਨ ਸਿਟਿਡ ਆਫ ਐਨ 올 ਕੱਟ ਮਾਉਂਟ ਉਹ ਕੀ ਕਰਦਾ ਕੋਸ਼ਿਸ਼ ਕਰਦਾ ਹੈ ਕਿ ਆਪਣੇ ਗਾਹਕ ਨੂੰ ਸੈਟੀਸਫਾਈਡ ਕਰ ਪਾਵੇ ਕਿਹੜਾ ਫਰੇਮ ਦੇ ਕੇ ਉਹਨੇ ਜਿਹੜਾ ਗਾਹਕ ਆਉਤੋਂ ਫਰੇਮ ਕਰਵਾਉਣ ਲਈ ਆਇਆ ਸੀ ਆਪਣੇ ਦਾਦਾ ਜੀ ਦੀ ਫੋਟੋ ਉਹਨੂੰ ਕਿਹੜਾ ਫਰੇਮ ਬਣਾ ਕੇ ਦੇ ਦੰਦਾ ਸਕਿਊਅਰ ਠੀਕ ਆ ਸਕਿਊਅਰ ਫਰੇਮ ਬਣਾ ਕੇ ਦੇ ਦੰਦਾ ਨਾ ਜਦ ਕਿ ਉਹਨੇ ਕਿਹੜਾ ਆਰਡਰ ਦਿੱਤਾ ਸੀ ਓਵਲ ਉਹ ਲੋਬ ਮਤਲਬ ਕਿ ਅਰਧ ਅੰਡਾਕਾਰ ਵਾਲਾ ਜਿਹੜੇ ਕਿ ਉਹਨੇ ਬੋਲਿਆ ਸੀ ਕਿ ਇਸ ਦੇ ਵਿੱਚ ਫੋਟੋ ਫਰੇਮ ਕਰਨੀ ਹੈ ਬਟ ਦਿੱਤਾ ਕਿਦੇ ਵਿੱਚ ਕਰ ਜਾਂਦਾ ਸਕੁਅਰ ਮਾਉਂਟ ਦੇ ਵਿੱਚ ਤਾਂ ਜਿਹੜਾ ਗਾਹਕ ਸੀ ਸਿਰਫ ਉਹਨੂੰ ਇਹੀ ਕੰਪਲੇਂਟ ਸੀ ਬਾਕੀ ਨੂੰ ਕੋਈ ਕੰਪਲੇਂਟ ਕੰਪਲੀਟ ਨਹੀਂ ਸੀ ਉਹ ਜਿਹੜਾ ਗਾਹਕ ਸੀ ਉਹ ਤੋਂ ਸੰਤੁਸ਼ਟ ਹੋ ਗਿਆ ਸੀ ਕਿ ਉਸਨੇ ਫੋਟੋ ਫਰੇਮ ਕਰਤੀ ਉਹਨੂੰ ਨਹੀਂ ਪਹਿਚਾਨ ਪਾਈ ਸੀ ਕਿ ਇਹ ਫੋਟੋ ਹੋਰ ਹੈ ਠੀਕ ਹੈ ਇਹ ਇਸ ਦਾ ਕਰੈਕਟਰ ਸਕੈਚ ਆ ਹਾਂਜੀ ਬਹੁਤ ਹੀ ਈਜ਼ੀ ਹੈ ਠੀਕ ਹੈ ਇਹਨੂੰ 2-3 ਵਾਰ ਤੁਸੀਂ ਐਨ ਚੰਗੇ ਤਰੀਕੇ ਨਾਲ ਰੀਡ ਕਰਨਾ ਛੋੜੇ ਜਦੇ ਹੀ ਯਾਦ ਹੋ ਜਾਣਾ ਐਂਡ ਪ੍ਰੋਪਰ ਵੇ ਦੇ ਨਾਲ ਜਿਹੜੇ ਕਿ ਇਹਨੂੰ ਯਾਦ ਕਰਨਾ ਮੋਸਟ ਇੰਪੋਰਟੈਂਟ ਆ ਦੱਤਾ ਤੇ ਚੰਦੂ ਦੋਨੇ ਇੰਪੋਰਟੈਂਟ ਨੇ ਕਰੈਕਟਰ ਸਕੈਚ ਇਹ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਇਸ ਇਹਨਾਂ ਵੀਡੀਓਜ਼ ਤੋਂ ਬਾਅਦ ਅੱਜ ਤੁਹਾਨੂੰ ਜਿਹੜੇ ਕਿ ਚੰਦੂ ਵਾਲਾ ਚੈਪਟਰ ਵੀ ਉਹਨੇ ਵੀਡੀਓਜ਼ ਵੀ ਤੁਹਾਨੂੰ ਸਾਰੀਆਂ ਪ੍ਰੋਵਾਈਡ ਕਰਵਾ ਦਾਂਗੇ ਦੈਨ ਉਸ ਤੋਂ ਬਾਅਦ ਜਿਹੜੇ ਕਿ ਇੰਟੈਂਸਿਵ ਸਟਡੀ ਦੇ ਵਿੱਚ ਸੈਕਸ਼ਨ A ਦੇ ਵਿੱਚ ਜੋ ਗ੍ਰਾਮਰ ਪੋਰਸ਼ਨ ਹੈ ਉਹਨੂੰ ਆਪਾਂ ਸੋਲਵ ਕਰਾਂਗੇ ਠੀਕ ਹੈ ਜਿਹਦੇ ਵਿੱਚ ਟੋਟਲ ਹੋਊਗਾ ਦੈਨ ਫਿਰ ਉਸ ਤੋਂ ਬਾਅਦ ਆਪਾਂ ਪ੍ਰੈਸਿਵ ਵੈਸੇ ਆਲਰੇਡੀ ਵੀਡੀਓਜ਼ ਅਪਲੋਡ ਨੇ ਅਗਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਉਹ ਦੇਖ ਲਓ ਨਹੀਂ ਤਾਂ ਹੁਣ ਦੁਬਾਰਾ ਤੋਂ ਕਰਵਾਵਾਂਗੇ ਪ੍ਰੈਸ ਦੀ ਐਂਡ ਈਮੇਲਸ ਓਕੇ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਅਦਰਸ ਕੈਂਡੀਡੇਟਸ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਚਾਹਨਾਂ ਨੂੰ ਅਗਰ ਕੋਈ ਬੀਏ ਫਰਸਟ ਸੈਮੈਸਟਰ ਦੇ ਵਿੱਚ ਆਉਣਾ ਸਟੂਡੈਂਟਸ ਦੇ ਨਾਲ ਵੀ ਤੇ ਪਲੱਸ 1 ਸਟੂਡੈਂਟਸ ਦੇ ਨਾਲ ਵੀ ਪਲੱਸ 2 ਨਾਲ ਤਾਂ ਤੁਸੀਂ ਕਰਨੇ ਹੀ ਕਰਨੇ ਨੇ ਸ਼ੇਅਰਸ ਵੀਡੀਓਜ਼